ਇਹ ਦੋਵੇਂ ਤਸਵੀਰਾਂ ਜਲੰਧਰ ਦੇ ਸ਼ਹਿਰ ਦੀਆਂ ਨੇ ਜਿੱਥੇ ਸਥਾਨਕ ਲੋਕਾਂ ਵੱਲੋਂ ਦਾਅਵਾ ਕੀਤਾ ਗਿਆ ਹੈ ਕਿ ਉਹਨਾਂ ਦੀਆਂ ਬੱਚੀਆਂ ਨੂੰ ਚੁੱਕਣ ਦੀ ਕੋਸ਼ਿਸ਼ ਕੀਤੀ ਗਈ ਹੈ। ਪਹਿਲਾਂ ਗੱਲ ਕਰਦੇ ਹਾਂ ਚੀਮਾ ਨਗਰ ਵਾਲੀ ਘਟਨਾ ਦੀ। ਤਸਵੀਰਾਂ 'ਚ ਆਪਣੀ ਮਾਸੂਮ ਆਵਾਜ਼ ਪੁਲਿਸ ਵਾਲਿਆਂ ਨੂੰ ਘਟਨਾ ਬਾਰੇ ਦੱਸ ਰਹੀ ਇਹ ਬੱਚੀ ਕਾਫ਼ੀ ਡਰੀ ਹੋਈ ਨਜ਼ਰ ਆ ਰਹੀ ਹੈ। ਬੱਚੀ ਮੁਤਾਬਿਕ ਉਸਨੂੰ ਅਗਵਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਅਲੀਸ਼ਾ ਮੁਤਾਬਿਕ ਉਹ 6:30 ਵਜੇ ਦੇ ਕਰੀਬ ਬਾਹਰ ਗਲੀ ਵਿੱਚ ਖੇਡ ਰਹੀ ਸੀ। ਪਿੱਛੋਂ ਕਿਸੇ ਨੇ ਉਸਨੂੰ ਮੂੰਹ ਬੰਦ ਕਰਕੇ ਅਗਵਾ ਕਰਨ ਦੀ ਕੋਸ਼ਿਸ਼ ਕੀਤੀ ਹੈ। ਬੱਚੀ ਨੇ ਕਿਸੇ ਤਰੀਕੇ ਭੱਜ ਕੇ ਆਪਣੀ ਜਾਨ ਅਗਵਾਕਾਰਾਂ ਕੋਲੋਂ ਬਚਾ ਲਈ। ਮੈਂ ਪਤਾ ਲੱਗਾ ਕੌਣ ਸੀ ਬੰਦਾ ਕਿੱਥੋਂ ਆਇਆ? ਮੈਡਮ ਕਿੰਨੇ ਸਾਲ ਦੀ ਬੇਟੀ ਤੁਹਾਡੀ? 5 ਸਾਲ ਦੀ ਮੇਰੀ ਬੇਟੀ ਹੈ। ਤੇ ਬੇਟੀ ਨੇ ਕੁਝ ਦੱਸਿਆ ਕਿ ਕਿੱਥੋਂ ਆਇਆ ਸੀ, ਕਿੱਦਾਂ ਸਾਰਾ? ਡਰ ਕੇ ਬਤਾਇਆ ਨਹੀਂ, ਮੈਨੂੰ ਬਾਹਰ ਸੇ ਪਤਾ ਲੱਗਾ ਗਲੀ। ਕਿੰਨੇ ਦਿਨ ਮੈਂ ਉਹ ਆਦਮੀ ਨੂੰ ਇੱਥੇ ਦੇਖਿਆ ਗਿਆ? ਨਹੀਂ, ਮੈਨੂੰ ਐਕਚੁਅਲੀ ਬਤਾਇਆ, ਪਤਾ ਨਹੀਂ ਲੱਗਾ ਕਹਾਂ ਕਹਾਂ, ਮੈਨੇ ਦੇਖਾ ਹੀ ਨਹੀਂ ਹੈ ਉਸੇ। ਮੈਡਮ ਕਿੰਨੇ ਵਜੇ ਦਾ ਸਮੇਂ ਰਹਾ ਹੋਗਾ? ਇਹ ਟਾਈਮ ਥਾ 6:30-7 ਵਜੇ। ਉਸ ਦੌਰਾਨ ਬੱਚੀ ਨੇ ਉਸਕੋ ਪਹਿਲੇ ਵੀ ਗਲੀ ਮੇਂ ਚੱਕਰ ਲਗਾ ਕੇ ਦੇਖਾ? ਨਹੀਂ, ਪਹਿਲੇ ਨਹੀਂ ਦੇਖਾ। ਜੈਸੇ ਜਿਸ ਦੌਰਾਨ ਜੀ ਖੇਲ ਰਹੇ ਥੇ, ਉਸਨੇ ਏਕ ਹੀ ਚੱਕਰ ਮੇਂ ਯੇ ਕਰਨੇ ਕੀ ਕੋਸ਼ਿਸ਼ ਕੀ ਯਾ ਪਹਿਲੇ ਉਸਨੇ ਕਹਿ ਦਿਆ? ਸ਼ਾਇਦ ਪਹਿਲੇ ਏਕ ਆਇਆ ਥਾ, ਵੋ ਟਿਊਸ਼ਨ ਕਾ ਪੁੱਛਨੇ ਆਇਆ ਥਾ, ਹਮਾਰੇ ਜੋ ਨੇਬਰ ਮੇਂ ਨਾ, ਵੋ ਟਿਊਸ਼ਨ ਕਾ ਪੁੱਛਨੇ ਆਇਆ ਥਾ, ਤੋ ਵੋ ਨਹੀਂ ਮੈਨੇ ਦੇਖਾ ਨਹੀਂ ਹੈ ਉਸੇ, ਤੋ ਵੋ ਉਸਕੇ ਬਾਅਦ ਨਹੀਂ ਮੈਨੂੰ ਪਤਾ ਕੌਣ ਥਾ। ਆਪ ਪੜਾਤੇ ਤੁਸੀਂ? ਨਹੀਂ ਨਹੀਂ, ਮੇਰੇ ਨੇਬਰ ਮੇਂ ਪੜਾਤੇ। ਨੇਬਰ ਮੇਂ ਜੋ ਟਿਊਸ਼ਨ ਕਾ ਪੁੱਛਨੇ ਆਇਆ ਥਾ, ਵੋ ਆਪਕਾ ਹੈ ਕੋਈ ਚੀਜ਼? ਨਹੀਂ ਨਹੀਂ ਨਹੀਂ, ਬਿਲਕੁਲ ਮੈਨੇ ਦੇਖਾ ਹੀ ਨਹੀਂ। ਦੇਖਾ ਹੋ ਜਾਂ ਕਦੀ? ਬਿਲਕੁਲ ਨਹੀਂ ਦੇਖਾ। ਕੋਈ ਸੀਸੀਟੀਵੀ ਫੁਟੇਜ ਵਗੈਰਾ ਦੇਖੀ ਤੁਸੀਂ? ਨਹੀਂ, ਅਭੀ ਮੈਂ ਦੇਖੀ, ਦੇਖਨੀ ਥੀ ਵਹਾਂ ਪਰ ਕੁਛ ਮਿਲਾ ਨਹੀਂ ਐਸਾ ਮੁਝੇ। ਪੁਲਿਸ ਕੰਪਲੇਂਟ ਕਰਤੀ ਤੁਸੀਂ? ਜੀ, ਮੈਨੇ ਪੁਲਿਸ ਕੋ। ਕੁਛ ਖਾਸ ਪਹਿਚਾਨ ਬਚਾਈ ਬਤਾਈ ਬੱਚੇ ਨੇ ਉਸਕੀ? ਹਾਂ, ਉਸਨੇ ਕਹਾ ਕਿ ਪੈਰ ਖਰਾਬ ਥਾ, ਇਹ ਵੀ ਹੋ ਸਕਤਾ ਕਿ ਵੋ ਜਾਨ ਬੁੱਝ ਕੇ ਪੈਰ ਖਰਾਬ ਕਰ ਰਹਾ ਹੋ ਆਪਣਾ। ਉਸ ਆਦਮੀ ਨੇ ਕੱਪੜੇ ਕੌਨ ਸੇ ਰੰਗ ਕੇ ਡਾਲੇ ਥੇ? ਉਸਨੇ ਬਲੂ ਕਲਰ ਕੇ ਕੱਪੜੇ ਡਾਲੇ। ਹਮ ਪੈਦਲ ਥਾ ਕੋਈ ਕਨਵੈਂਸ ਵਗੈਰਾ ਸੀ? ਹਾਂ, ਪੈਦਲ ਥਾ। ਠੀਕ ਹੈ ਸਰਦਾਰ। ਉਧਰ ਦੂਜੇ ਪਾਸੇ ਇਹ ਤਸਵੀਰਾਂ ਅਵਤਾਰ ਨਗਰ ਦੀਆਂ ਨੇ ਜਿੱਥੇ ਬੱਚੀ ਨੂੰ ਅਗਵਾ ਕਰਨ ਦੀ ਕੋਸ਼ਿਸ਼ ਕਰ ਰਿਹਾ ਇਹ ਨੌਜਵਾਨ ਲੋਕਾਂ ਦੇ ਹੱਥ ਚੜ ਗਿਆ। ਪਰਿਵਾਰ ਮੁਤਾਬਿਕ ਉਹਨਾਂ ਦੀ ਬੱਚੀ ਘਰੋਂ ਦੁਕਾਨ ਤੇ ਸਮਾਨ ਲੈਣ ਗਈ ਸੀ ਤਾਂ ਪਿੱਛੋਂ ਇੱਕ ਨਸ਼ੇੜੀ ਦਿਖਣ ਵਾਲੇ ਨੌਜਵਾਨ ਨੇ ਉਸਨੂੰ ਫੜ ਲਿਆ ਤੇ ਬੱਚੀ ਨੇ ਉਸਦੀ ਬਾਂਹ ਤੇ ਦੰਦੀ ਵੱਢੀ, ਆਪਣੀ ਜਾਨ ਬਚਾਈ। ਇਸ ਤੋਂ ਬਾਅਦ ਇਸ ਨੌਜਵਾਨ ਨੂੰ ਲੋਕਾਂ ਨੇ ਖੂਬ ਕੁਟਾਪਾ ਚਾੜਿਆ। ਕਹਾਂ ਗਈ ਸੀ ਲੜਕੀ ਆਪਕੀ? ਸਮਾਨ ਲੈਣੇ ਗਈ ਸੀ ਕੋਈ? ਕਿਉਂ ਪਕੜਾਇਆ ਵੋ? ਲੜਕਾ ਕਹਾਂ ਕੇ ਰਹਿਣੇ ਵਾਲਾ ਪਤਾ ਕੁਛ? ਕਭੀ ਦੇਖਣ ਲੱਗ ਗਏ ਯਹਾਂ ਪੇ? ਕਭੀ ਦੇਖਾ ਉਸਕੋ ਯਹਾਂ ਪੇ ਕਭੀ? ਫਿਲਹਾਲ ਪੂਰੇ ਪੰਜਾਬ 'ਚ ਇਸ ਵੇਲੇ ਬੱਚਾ ਚੁੱਕਣ ਵਾਲਿਆਂ ਦੀ ਦਹਿਸ਼ਤ ਇਸ ਤਰ੍ਹਾਂ ਹੋਈ ਪਈ ਹੈ ਕਿ ਕੁਝ ਕੁ ਬੇਗੁਨਾਹ ਲੋਕਾਂ ਦੀ ਵੀ ਲੋਕ ਡਰਦੇ ਹੋਏ ਸਰਵਿਸ ਕਰ ਰਹੇ ਨੇ। ਬਿਊਰੋ ਰਿਪੋਰਟ, ਹਕੀਕਤ ਟੀਵੀ।